ਕਾ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਲੁਧਿਆਣੇ ਤੋਂ ਸਿੱਧੀਆਂ ਤਸਵੀਰਾਂ ਵਿਖਾਣੇ ਆ ਕਿਉਂਕਿ ਅੱਜ ਡਰੱਗਸ ਦੇ ਖਿਲਾਫ ਇੱਕ ਵੱਡੀ ਸਾਈਕਲ ਰੈਲੀ ਇੱਥੇ ਆਯੋਜਿਤ ਕੀਤੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਖੁਦ ਇਸ ਸਾਈਕਲ ਰੈਲੀ ਦਾ ਹਿੱਸਾ ਬਣਨ ਲਈ ਇੱਥੇ ਪੁੱਜਦੇ ਹੋਏ ਨਜ਼ਰ ਆਏ ਨੇ ਤੁਹਾਨੂੰ ਤਸਵੀਰਾਂ ਵਿਖਾ ਦਿੰਦੇ ਆ ਕਿਉਂਕਿ ਤਕਰੀਬਨ 13 ਕਿਲੋਮੀਟਰ ਦਾ ਟਰੈਕ ਜਿਹੜਾ ਫਾਈਨਲ ਹੋਇਆ 13 ਕਿਲੋਮੀਟਰ ਆ ਸਾਈਕਲ ਰੈਲੀ ਜਾਊਗੀ ਲੁਧਿਆਣੇ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਜਾ ਕੇ ਡਰੱਗਸ ਦੇ ਖਿਲਾਫ ਯੂਥ ਨੂੰ ਲੋਕਾਂ ਨੂੰ ਅਵੇਅਰ ਕਰਨ ਦਾ ਕੰਮ ਆ ਸਾਈਕਲ ਰੈਲੀ ਕਰਦੀ ਹੋਈ ਨਜ਼ਰ ਆਏਗੀ ਔਰ ਜਿਹੜੀ ਤੁਹਾਨੂੰ ਵੀ ਸਿੱਧੀ ਤਸਵੀਰ ਵਿਖਾ ਰਿਹਾ ਤੁਸੀਂ ਸਾਹਮਣੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਖੁਦ ਸਾਈਕਲ ਚਲਾ ਕੇ ਇਸ ਸਾਈਕਲ ਰੈਲੀ ਦਾ ਹਿੱਸਾ ਬਣਦੇ ਹੋਏ ਨਜ਼ਰ ਆਣਗੇ ਲੁਧਿਆਣਾ ਦੇ ਜਿਹੜੇ ਸੀਪੀ ਨੇ ਉਹ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੀ ਗੱਲ ਕਰੀਏ ਉਹ ਇੱਥੇ ਪਹਿਲਾਂ ਹੀ ਮੌਜੂਦ ਹੈ ਉਹ ਵੀ ਇਸ ਸਾਈਕਲ ਰੈਲੀ ਦਾ ਹਿੱਸਾ ਬਣਦੇ ਹੋਏ ਨਜ਼ਰ ਆਣਗੇ ਔਰ ਅੱਜ ਯੂਥ ਸਣੇ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਜਾਊਗਾ ਕਿ ਸੇ ਨੋ ਟੂ ਡਰੱਗਸ ਯਾਨੀ ਇੱਕ ਵੱਡਾ ਸੰਕਲਪ ਲੈ ਕੇ ਅੱਜ ਸਰਕਾਰ ਜਿਹੜੀ ਹੈ ਪੁਲਿਸ ਜਿਹੜੀ ਹੈ ਉਹ ਸੜਕਾਂ ਤੇ ਉਤਰਦੀ ਹੋਈ ਨਜ਼ਰ ਆਈ ਹੈ ਹਾਲਾਂਕਿ ਆਪਣੇ ਪੱਧਰ ਤੇ ਜ਼ਰੂਰ ਪੁਲਿਸ ਜਿਹੜੀ ਹੈ ਕੋਸ਼ਿਸ਼ ਕਰਦੀ ਹੈ ਕਿ ਡਰੱਗਸ ਦੇ ਨੈਕਸਸ ਨੂੰ ਖਤਮ ਕੀਤਾ ਜਾਏ ਵੱਡੇ ਪੱਧਰ ਤੇ ਗ੍ਰਿਫਤਾਰੀਆਂ ਵੀ ਹੋਈਆਂ ਨੇ ਨਸ਼ਾ ਤਸਕਰ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਵੱਡੀ ਸੰਖਿਆ ਦੇ ਵਿੱਚ ਨਸ਼ਾ ਜਿਹੜਾ ਉਹ ਵੀ ਪੁਲਿਸ ਨੇ ਜ਼ਬਤ ਕੀਤਾ ਲੇਕਿਨ ਕਲੈਕਟਿਵ ਰਿਸਪੋਂਸੀਬਿਲਟੀ ਦੀ ਜੇਕਰ ਗੱਲ ਕਰੀਏ ਯਾਨੀ ਸਮੂਹਿਕ ਸਹਿਯੋਗ ਦੀ ਜੇਕਰ ਗੱਲ ਕਰੀਏ ਲੋਕਾਂ ਦਾ ਸਹਿਯੋਗ ਜੇ ਸਰਕਾਰ ਨੂੰ ਮਿਲੇਗਾ ਤੇ ਇਸ ਜੰਗ ਨੂੰ ਛੇਤੀ ਸਰਕਾਰ ਜਿੱਤਦੀ ਹੋਈ ਨਜ਼ਰ ਆਏਗੀ ਤੇ ਇਸੀ ਸਹਿਯੋਗ ਨੂੰ ਲੱਭਣ ਲਈ ਸਰਕਾਰ ਜਿਹੜੀ ਆ ਹੁਣ ਸੜਕਾਂ ਤੇ ਉਤਰਦੀ ਹੋਈ ਨਜ਼ਰ ਆਈ ਹੈ ਯੂਥ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਯੂਥ ਨੂੰ ਅਵੇਅਰ ਕੀਤਾ ਜਾਏ ਲੋਕਾਂ ਨੂੰ ਅਵੇਅਰ ਕੀਤਾ ਜਾਏ ਕਿ ਨਸ਼ਾ ਜਿਹੜਾ ਉਹਨਾਂ ਦੀ ਜ਼ਿੰਦਗੀਆਂ ਦਾ ਘਾਣ ਕਰਦਾ ਉਹਨਾਂ ਦੇ ਪਰਿਵਾਰਾਂ ਦਾ ਘਾਣ ਕਰਦਾ ਤੇ ਇਸ ਨਸ਼ੇ ਨੂੰ ਛੱਡਣ ਦੀ ਲੋੜ ਹੈ ਤੇ ਇਸੇ ਕਰਕੇ ਅੱਜ ਆ ਸਾਈਕਲ ਰੈਲੀ ਰੱਖੀ ਗਈ ਹੈ ਔਰ ਜਿਸ ਢੰਗ ਦੇ ਨਾਲ ਜਿਹੜੀ ਜਾਣਕਾਰੀ ਵੀ ਮਿਲ ਰਹੀ ਹੈ ਕਿ ਤਕਰੀਬਨ 20,000 ਦੇ ਆਸ-ਪਾਸ ਲੋਕ ਜਿਹੜੇ ਨੇ ਬਿਲਕੁਲ ਤਸਵੀਰ ਤੁਹਾਨੂੰ ਵਖਾ ਆਰਾਮ ਨਾਲ ਉਰੇ ਤੋਂ ਉਰੇ ਤੋਂ ਠੀਕ ਹੈ ਲੈ ਆ ਜਾ ਆਰਾਮ ਨਾਲ ਆ ਝੰਡੀ ਦਿਖਾਈ ਜਾ ਰਹੀ ਹੈ ਇਸ ਸਾਈਕਲ ਰੈਲੀ ਨੂੰ ਝੰਡੀ ਦਿਖਾ ਕੇ ਮੁੱਖ ਮੰਤਰੀ ਜਿਹੜੇ ਨੇ ਡੀਜੀਪੀ ਜਿਹੜੇ ਨੇ ਇਸ ਸਾਈਕਲ ਰੈਲੀ ਨੂੰ ਰਵਾਨਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ ਜਿਸ ਤਰ੍ਹਾਂ ਕਿ ਤੁਸੀਂ ਤਸਵੀਰ ਵੇਖ ਸਕਦੇ ਹੋ ਬਿਲਕੁਲ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ ਤਸਵੀਰ ਹੈ ਕਿ ਮੁੱਖ ਮੰਤਰੀ ਖੁਦ ਸਾਈਕਲ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਸਾਈਕਲ ਚਲਾ ਕੇ ਇਸ ਸਾਈਕਲ ਰੈਲੀ ਦਾ ਮੁੱਖ ਮੰਤਰੀ ਜਿਹੜੇ ਨੇ ਉਹ ਹੁਣ ਹਿੱਸਾ ਬਣਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਰਾਹ ਨੂੰ ਜ਼ਰੂਰ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਸਾਈਕਲ ਚਲਾ ਕੇ ਖੁਦ ਇਸ ਸਾਈਕਲ ਰੈਲੀ ਦਾ ਉਹ ਹਿੱਸਾ ਬਣੇ ਨੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਸਾਈਕਲ ਚਲਾ ਕੇ ਡਰੱਗਸ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਸਰਕਾਰ ਨੇ ਉਸਦਾ ਜਿਸ ਢੰਗ ਦੇ ਨਾਲ ਹਿੱਸਾ ਬਣਦੇ ਨਜ਼ਰ ਆਏ ਲੋਕਾਂ ਨੂੰ ਮੁੱਖ ਮੰਤਰੀ ਅਵੇਅਰ ਕਰਦੇ ਹੋਏ ਨਜ਼ਰ ਆਏ ਨੇ ਕਿ ਹੁਣ ਲੋਕ ਜਿਹੜੇ ਨੇ ਉਹ ਖੁਦ ਡਰੱਗਸ ਦੇ ਪ੍ਰਤੀ ਅਵੇਅਰ ਹੋਣ ਨਸ਼ਿਆਂ ਨੂੰ ਨਾ ਕਹਿਣ ਜਵਾਨੀ ਨੂੰ ਹਾਂ ਕਹਿਣ ਕਿਉਂਕਿ ਆ ਨਸ਼ੇ ਜਿਹੜੇ ਨੇ ਆ ਜਵਾਨੀ ਦਾ ਘਾਣ ਕਰਨ ਵਾਲੇ ਨੇ ਆ ਪਰਿਵਾਰਾਂ ਦਾ ਘਾਣ ਕਰਨ ਵਾਲੇ ਬਿਲਕੁਲ ਤਸਵੀਰ ਵਿਖਾ ਰਹੇ ਜਿਸ ਢੰਗ ਦੇ ਨਾਲ ਮੁੱਖ ਮੰਤਰੀ ਨੇ ਖੁਦ ਸਾਈਕਲ ਚਲਾਈ ਔਰ ਉਸ ਤੋਂ ਬਾਅਦ ਹੁਣ ਇੱਥੋਂ ਮੁੱਖ ਮੰਤਰੀ ਜਿਹੜੇ ਨੇ ਉਹ ਇਸ ਸਾਈਕਲ ਰੈਲੀ ਨੂੰ ਰਵਾਨਾ ਕਰਦੇ ਹੋਏ ਅੱਗੇ ਨਜ਼ਰ ਆ ਰਹੇ ਨੇ ਕਿਉਂਕਿ ਇੱਥੋਂ ਮੁੱਖ ਮੰਤਰੀ ਜਿਹੜੇ ਨੇ ਕਰਤਾਰ ਸਿੰਘ ਸਰਾਭਾ ਦੇ ਪਿੰਡ ਜਾਣਗੇ ਤੇ ਉੱਥੇ ਉਹਨਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਜਾਊਗਾ ਤਸਵੀਰ ਵਿਖਾ ਰਿਹਾ ਤੁਹਾਨੂੰ ਇਸ ਵਕਤ ਦੀ ਸਿੱਧੀ ਤਸਵੀਰ ਹੈ ਪੀਏਯੂ ਲੁਧਿਆਣਾ ਤੋਂ ਸਿੱਧੀਆਂ ਤਸਵੀਰਾਂ ਹਿੰਦੁਸਤਾਨ ਕੇ ਇਤਿਹਾਸ ਮੇ ਸਭਸੇ ਬੜੀ ਸਾਈਕਲ ਰੈਲੀ ਜੋ ਇੱਕ ਨੇਕ ਮਿਸ਼ਨ ਕੇ ਲੀਏ ਵੋ ਕੀ ਜਾ ਰਹੀ ਹੈ ਯੂਥ ਅਗੇਂਸਟ ਡਰੱਗ ਪੀਪਲ ਅਗੇਂਸਟ ਡਰੱਗ ਵੋ ਆਜ ਸ਼ਹੀਦ ਕਰਤਾਰ ਸਿੰਘ ਸਰਾਭਾ ਕਾ ਸ਼ਹੀਦੀ ਦਿਨ ਹੈ ਉਨਕੇ ਸ਼ਹੀਦੀ ਦਿਨ ਪਰ ਯੇ ਜੋ
हजारां साइकिलिस्ट ग्राउंड के अंदर हैं और उतने ही बाहर हैं। सोर्स लुधियाना की जाम हुई पड़ी है, इतने साइकिलिस्ट आए हैं क्योंकि 25,000 ने रजिस्ट्रेशन कराई सी, हमने 20,000 टी शर्ट बनाई है, तो आधे लोग आप देख रहे हैं विदाउट टी शर्ट है। इसका मतलब कितने हैं ये गिनती करना आसान नहीं है। आज डीजी पंजाब सीएम पंजाब यहाँ आए थे, हमारे हौसला अफजाई करने आए थे, वो ये एक मैसेज देने आए थे। इस जगह पर शहीद करतार सिंह जो सराभा का शहीदी देना लुधियाना के जंपल हैं, वो सुनाम से शहीद उधम सिंह वाला की धरती से, वो हसैनी आल से, वो खटकड़ कलां से, और वो शहीद सराभा गांव से और शहीद सखदेव के गांव से 52 मिट्टी लेके आए हैं। वो मिट्टी के बाद में कुछ दिनों बाद यहाँ दरख्त लगाए जाएंगे, उनका ट्री ऑफ होप, ट्री ऑफ विजडम, ट्री ऑफ यूनिटी, ये दरख्तों के नाम दिए जाएंगे। इसका आज मिशन जो इसका कारण क्या था, दो चीज़ें होती हैं, एक डिमांड एक सप्लाई। सप्लाई के लिए मैंने डाटा बताया स्टेज पर, हम कार्रवाई कर रहे हैं, लोगों को पकड़ रहे हैं, और जब तक डिमांड रहेगी सप्लाई तो दूर से आती है। हमारा जो नेबर देश है वो अफगानिस्तान से लाखों टन जो है हीरोइन जो बनती है वो पंजाब सबसे ज़्यादा मार पड़ती है, ट्रांजिट स्टेट है। एक लोगों की लोक लहर करने के लिए ये आज मैसेज दिया गया कि नशेड़ी किसी को कहने नहीं देना, नशा पंजाब में रहने नहीं देना। देखो बिल्कुल देखो जिस ढंग दे नाल मनदीप सिंह सिद्धू जिहड़े इत्थे मौजूद है, कई विधायक भी इत्थे मौजूद, सर किस तरह देख दे हो कि एक वड्डा उपराला जिहड़ा इत्थे कीता गया उसका लोगों के विच की मैसेज आंदा? अज मुख्यमंत्री पंजाब ने जो सपना लिया सी भी रंगला पंजाब बनाउण दा, मैं समझदा भी वह अज साकार होण दे किनारे है। मुख्यमंत्री साहब बधाई दे पात्र ने जिन्हां ने इनिशिएटिव लिया, ਸਾਡੇ ਸੀ ਪੀ ਲੁਧਿਆਣਾ ਮਨਦੀਪ ਸਿੰਘ ਸਿੱਧੂ ਵਧਾਈ ਦੇ ਪੱਤ ਨੇ। ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਨੇ, 10 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਇਸ ਸਾਈਕਲ ਰੈਲੀ ਵਿੱਚ ਭਾਗ ਲੈ ਕੇ ਇਹ ਸਾਬਤ ਕਰਦੇ ਨੇ ਵੀ ਜੋ ਪੰਜਾਬ ਹੈ ਉਹ ਕਿਸੇ ਵੀ ਕੀਮਤ ਵਿੱਚ ਨਸ਼ਈ ਕਹਿਣਾ ਪਸੰਦ ਨਹੀਂ ਕਰਦਾ। ਇੱਥੇ ਨਸ਼ਾ ਨਸ਼ਈ ਕਿਸੇ ਨੂੰ ਕਹਿਣ ਦੇਣਾ, ਨਸ਼ਾ ਪੰਜਾਬ ਵਿੱਚ ਰਹਿਣ ਨਹੀਂ ਦੇਣਾ, ਅੱਜ ਉਹ ਸੱਚ ਹੋ ਰਿਹਾ। ਬਿਲਕੁਲ ਦੇਖੋ ਸਿੱਧੇ ਤੌਰ ਤੇ ਜਿਸ ਢੰਗ ਦੇ ਨਾਲ ਇੱਕ ਵੱਡਾ ਉਪਰਾਲਾ ਇੱਥੇ ਕੀਤਾ ਗਿਆ ਔਰ ਤਸਵੀਰਾਂ ਵੀ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਂ, PAU ਲੁਧਿਆਣਾ ਦੀਆਂ ਸਿੱਧੀਆਂ ਤਸਵੀਰਾਂ ਨੇ, ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਇੱਕ ਵੱਡੀ ਰੈਲੀ ਜਿਹੜੀ ਹੈ, ਇੱਕ ਵੱਡੀ ਸਾਈਕਲ ਰੈਲੀ ਜਿਹੜੀ ਹੈ PAU ਲੁਧਿਆਣਾ ਤੋਂ ਨਿਕਲਦੀ ਹੋਈ ਹੁਣ ਨਜ਼ਰ ਆ ਰਹੀ ਹੈ, ਕਿਉਂਕਿ ਇੱਥੋਂ ਇਸ ਰੈਲੀ ਦਾ ਆਗਾਜ਼ ਹੋਇਆ ਸੀ ਔਰ ਤਕਰੀਬਨ 13 ਕਿਲੋਮੀਟਰ ਦਾ ਸਫ਼ਰ ਜਿਹੜਾ ਉਹ ਹੈ ਰੈਲੀ ਤੈਅ ਕਰਦੀ ਹੋਈ ਨਜ਼ਰ ਆਏਗੀ। ਲੋਕਾਂ ਦੇ ਵਿੱਚ ਰੈਲੀ ਜਾਂਦੀ ਨਜ਼ਰ ਆਏਗੀ, ਲੋਕਾਂ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੇ ਨੋ ਟੂ ਡਰੱਗਸ ਕਹਿਣ ਦੀ ਹੁਣ ਲੋਕਾਂ ਨੂੰ ਵੀ ਲੋੜ ਹੈ, ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਨੂੰ ਵੀ ਤੁਰਨ ਦੀ ਲੋੜ ਹੈ ਤਾਂ ਕਿ ਨਸ਼ੇ ਨੂੰ ਪੰਜਾਬ ਤੋਂ ਪੂਰਨ ਤੌਰ ਤੇ ਖਤਮ ਕੀਤਾ ਜਾਏ। ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਜਿਸ ਢੰਗ ਦੀਆਂ ਇੱਥੇ ਵੱਡੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਨੇ, ਕਿਉਂਕਿ ਬੱਚਿਆਂ ਦੀ ਗੱਲ ਕਰੀਏ, ਨੌਜਵਾਨਾਂ ਦੀ ਗੱਲ ਕਰੀਏ, ਮਹਿਲਾਵਾਂ ਦੀ ਗੱਲ ਕਰੀਏ, ਬਜ਼ੁਰਗਾਂ ਦੀ ਗੱਲ ਕਰੀਏ, ਹਰ ਕੋਈ ਇਸ ਸਾਈਕਲ ਰੈਲੀ ਦੇ ਨਾਲ ਜੁੜਦਾ ਹੋਇਆ ਨਜ਼ਰ ਆਇਆ। ਆਹ ਤਸਵੀਰ ਵੇਖ ਸਕਦੇ ਹੋ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਲੋਕ ਜਿਹੜੇ ਨੇ ਇਸ ਸਾਈਕਲ ਰੈਲੀ ਦਾ ਹਿੱਸਾ ਬਣਦੇ ਹੋਏ ਉਹ ਨਜ਼ਰ ਆਏ ਨੇ। ਤੁਹਾਨੂੰ ਲਗਾਤਾਰ ਤਸਵੀਰ ਜਿਹੜੀ ਵਿਖਾ ਰਹੇ ਹਾਂ, ਆਹ ਉਹ ਤਸਵੀਰ ਹੈ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਅੱਜ ਇਸ ਰੈਲੀ ਦੇ ਰਾਹੀਂ ਇੱਥੇ ਜੁੜਦੇ ਹੋਏ ਨਜ਼ਰ ਆਏ, ਕਿਉਂਕਿ ਇੱਕ ਸੰਕਲਪ ਦੇ ਨਾਲ ਆ ਰੈਲੀ ਸ਼ੁਰੂ ਹੋਈ ਸੀ। ਸੰਕਲਪ ਸੀ ਕਿ ਡਰੱਗਸ ਨੂੰ ਪੰਜਾਬ ਤੋਂ ਖਤਮ ਕਰਨਾ, ਔਰ ਉਸੀ ਸੰਕਲਪ ਦੇ ਨਾਲ ਆ ਰੈਲੀ ਦਾ ਆਗਾਜ਼ ਕੀਤਾ ਗਿਆ ਔਰ ਇਹ ਰੈਲੀ ਹੁਣ ਅੱਗੇ ਵਧਦੀ ਨਜ਼ਰ ਆਈ ਹੈ। ਮੁੱਖ ਮੰਤਰੀ ਜਿਹੜੇ ਨੇ ਹਾਲਾਂਕਿ ਕੁਛ ਦੂਰ ਇਸ ਰੈਲੀ ਦੇ ਨਾਲ ਸਾਈਕਲ ਚਲਾ ਕੇ ਜ਼ਰੂਰ ਇਸ ਰੈਲੀ ਦੇ ਨਾਲ ਤੁਰਦੇ ਹੋਏ ਨਜ਼ਰ ਆਏ, ਲੇਕਿਨ ਹੁਣ ਮੁੱਖ ਮੰਤਰੀ ਇੱਥੋਂ ਜਾਂਦੇ ਹੋਏ ਨਜ਼ਰ ਆਏ ਨੇ ਔਰ ਉਸ ਤੋਂ ਬਾਅਦ ਵੀ ਆਹ ਰੈਲੀ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ। ਸਾਈਕਲ ਰੈਲੀ ਜਿਹੜੀ ਹੈ ਲਗਾਤਾਰ ਜਾਰੀ ਹੈ, ਨੌਜਵਾਨ ਜਿਹੜੇ ਨੇ ਸਾਈਕਲਾਂ 'ਤੇ ਤੁਰੇ ਹੋਏ ਨੇ ਔਰ ਮੈਸੇਜ ਦੇਣ ਦਾ ਕੰਮ ਕਰ ਰਹੇ ਨੇ, ਯੂਥ ਨੂੰ ਲੋਕਾਂ ਨੂੰ ਅਵੇਅਰ ਕਰਨ ਦਾ ਕੰਮ ਕਰ ਰਹੇ ਨੇ ਕਿ ਹੁਣ ਤੁਸੀਂ ਡਰੱਗਸ ਨੂੰ ਨਾ ਕਹੋ ਤਾਂ ਹੀ ਪੰਜਾਬ ਜਿਹੜਾ ਉਹ ਰੰਗਲਾ ਬਣ ਸਕਦਾ ਹੈ। ਹੋਰ ਵਿਧਾਇਕ ਜਿਹੜੇ ਨੇ ਉਹ ਵੀ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਉਹਨਾਂ ਦਾ ਇਸ ਰੈਲੀ ਨੂੰ ਲੈ ਕੇ ਕੀ ਕੁਛ ਕਹਿਣਾ, ਕਿਉਂਕਿ ਇਸ ਵਕਤ ਜਿਹੜੀ ਤਸਵੀਰ ਵੇਖਣ ਨੂੰ ਮਿਲ ਸਕਦੀ ਹੈ, ਤੁਸੀਂ ਸਾਹਮਣੇ ਵੀ ਤਸਵੀਰ ਵੇਖ ਸਕਦੇ ਹੋ ਕਿ ਜਿੱਥੋਂ ਤੱਕ ਨਜ਼ਰ ਜਾ ਰਹੀ ਹੈ ਉੱਥੋਂ ਤੱਕ ਸਾਈਕਲਿਸਟ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਔਰ ਹਰ ਜਿਹੜਾ ਵੀ ਇਸ ਸਾਈਕਲ ਰੈਲੀ ਦਾ ਹਿੱਸਾ ਬਣਿਆ ਉਸਦੇ ਸਰੀਰ ਤੇ ਜਿਹੜੀ ਟੀ ਸ਼ਰਟ ਹੈ ਉਸ ਟੀ ਸ਼ਰਟ ਦੇ ਉੱਪਰ ਜਿਹੜਾ ਸਲੋਗਨ ਹੈ ਯੂਥ ਅਗੇਂਸਟ ਡਰੱਗਸ, ਇਸੀ ਮੈਸੇਜ ਦੇ ਨਾਲ ਇਸੀ ਸੰਕਲਪ ਦੇ ਨਾਲ ਇਸ ਰੈਲੀ ਦਾ ਆਗਾਜ਼ ਕੀਤਾ ਗਿਆ। ਸਰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਅੱਜ ਆਗਾਜ਼ ਹੋਇਆ, ਜਿਸ ਢੰਗ ਦੇ ਨਾਲ ਯੂਥ ਬਜ਼ੁਰਗਾਂ ਦੀ ਗੱਲ ਕਰੀਏ, ਮਹਿਲਾਵਾਂ ਦੀ ਗੱਲ ਕਰੀਏ, ਉਹ ਇਸ ਰੈਲੀ ਦਾ ਹਿੱਸਾ ਬਣਦੇ ਹੋਏ ਨਜ਼ਰ ਆਏ ਨੇ ਔਰ ਹਰ ਕੋਈ ਕਹਿੰਦਾ ਨਜ਼ਰ ਆਇਆ ਕਿ ਅਸੀਂ ਡਰੱਗਸ ਨੂੰ ਨਾ ਕਹਿ ਰਹੇ ਹਾਂ, ਯਾਨੀ ਇੱਕ
पॉजिटिव मैसेज लोगों के नजर आ रहा है। देखो बिल्कुल जो जवान बच्चे अज तुम देखा होना सवेरे 5 बजे तो लैके अज 10-11 बजे तक पंजाब दे जड़ी नौजवानी साडा आने वाला भविष्य वो इस काम अज अपने मन च बिठाई बैठा वा भाई पंजाब दे विच जिहड़ा नशे नाम का कलंक आ उन्हूं मिटाना और पंजाब दे अंदर उही रंगड़ा पंजाब हसदा पंजाब पंज दरियावां दी धरती पंजाब उन्हूं दुबारा बनाउणा और पंजाब जिहड़ा वा तुसीं देखोगे अज मुख्यमंत्री पंजाब आप इस गल की अगवाई कर रहे हैं और इहनूं नशे नूं जिहड़ा जड़ों खेड़ के पंजाब दी उही गभरू जिहड़े नाम ते पहचाने जांदे जी ਉਹੀ ਦੁਬਾਰਾ ਬਣੂਗੇ ਮੈਸੇਜ ਕੀ ਜਾਊਗਾ ਅੱਜ ਇਸ ਰੈਲੀ ਰਾਹੀਂ ਲੋਕਾਂ ਦੇ ਵਿੱਚ ਕੀ ਮੈਸੇਜ ਆਂਦਾ ਨਜ਼ਰ ਆਊਗਾ ਮੈਸੇਜ ਇਹੀ ਆ ਵੀ ਆਓ ਸਾਰੇ ਆਪਾਂ ਪੰਜਾਬ ਦੇ 3.5 ਕਰੋੜ ਲੋਕ ਰਲ ਕੇ ਇਸ ਪੰਜਾਬ ਦੇ ਮੱਥੇ ਤੇ ਜਿਹੜਾ ਲੱਗਿਆ ਕਲੰਕ ਹੈ ਇਹਨੂੰ ਮਿਟੇ ਕੇ ਉਹੀ ਪੰਜਾਬ ਨੂੰ ਦੁਬਾਰਾ ਪੰਜਾਬ ਬਣਾ ਕੇ ਲੋਕਾਂ ਦੀ ਸੇਵਾ ਕਰੀਏ ਬਿਲਕੁਲ ਦੇਖੋ ਵੱਡਾ ਮੈਸੇਜ ਦਿੱਤਾ ਔਰ ਤਸਵੀਰ ਲਗਾਤਾਰ ਤੁਹਾਨੂੰ ਵਿਖਾਉਂਦੇ ਰਹਾਂਗੇ ਕਿ ਆਉਣ ਵਾਲੇ ਸਮਾਂ ਦੇ ਵਿੱਚ ਆ ਰੈਲੀ ਕੀ ਨਵੇਂ ਅਸਰ ਛੱਡਦੀ ਹੋਈ ਨਜ਼ਰ ਆਊਗੀ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਲੁਧਿਆਣਾ।